प्रोग्राम की हाल है मेरे शहर का, अच्छा थोड़ा बहुत बहुत स्वागत है। अज 4 सितंबर 2019 तो सवेर के 10:10 बठिंडे के मैणा चौंक खड़ा ब्रदर मैं, तो तुम वेख लो आ सड़क जी है आर्य समा चौंक में जाती है, वो चली गई जी किला मुबारक उधरले पासे पूजा वाले महल, आ बस स्टैंड के पिछले पासे ते आ बस स्टैंड वाले पास। तुसी ये वेखो मेन चौंक है, तो मेन चौंक का हाल वेख लो तुसी, ये सीवरेज का पानी है जी, कितों तुहानू लगता बेचारे दुकानदार की दुकानदारियां उन्हां दियां रह गईयां, उन्हां दियां या इन्हां दियां गंद बेचारे झलदे पए ने, आ इधर भी सारे किते गंद ही गंद, गंदा पानी है, सीवरेज का बीमार पानी है, बीमारियां नू सद्दा दे रहे हैं। आ इत्थों शुरू हो गया आपां सारा पिछों आ रहे, वैसे तुहानू मैं दिखा दिया, वह बेचारा झाड़ू मारी जांदा, उहने अपनी दुकानदारी है वह सजानी है। आ हुण ये दुकानदार जड़े ने इन्हां दा हाल देख लो, इन्हां नाल आपां गल कर लैने आ, एडा बुरा हाल है की नाम है मेरा सोने सिंह जी है, सोने सोने जी सोनी, आ इन्ना गंदा पानी है। हाँ जी सर, की कहना है बारे सर, यदा की कहना, यहाँ जो मीह पै जाता या कोई सीवरेज बंद होता डेली का कम हो गया जी, डेली का कम, डेली का कम है जी, तो डेली के कम, तो हम तुम भी नंगे पैर आए हो जी, देख लैके आए हो, तो तुम हम एडे चंगे थां तो आए, तो इतों हम टपना बुरी है साड़ी, घर तो पहुँचना ही है। देखो हुण इह तां गुरु घरों आए ने, तो जिन्होंने हुण गुरु घर जाना है वो इस गंदे पानी चो टप के सवेरे जो गए होंगे उतो भी टप गए होंगे, उदो ही पानी सी गंदा पानी। हाँ जी, हुण तुसीं देखो नंगे पैर ही ने बीबा जी, तो नंगे पैर इस गंदे पानी चो टप्पे ने, तो किन्नियां बीमारियां लगनगियां, इहदा हुण वेख लो भी कौन जिम्मेवार है, मैनू नहीं समझ आती। इहदे नाल तुहाडी दुकानदारी ते किन्ना फर्क पैंदा सर? 50% फर्क पैंदा जी, ਗਾਹਕ ਬੜੂ ਕਿਵੇਂ ਇੱਥੇ, ਇੰਨੇ ਪਾਣੀ 'ਚ ਕਿਵੇਂ ਲੰਘੂਗਾ, ਆਲਾ ਦੂਰੋਂ ਦੇਖ ਕੇ ਲੰਘ ਜਾਂਦਾ ਹੈਗਾ, ਆਲਾ ਕਹਿੰਦਾ ਇੰਨੇ ਗੰਦੇ ਪਾਣੀ 'ਚ ਥੋੜ੍ਹੀ ਜਾਵਾਂਗੇ ਆਪਾਂ ਦੁਕਾਨ। ਹਰ ਜਦੋਂ ਵੀ ਮੀਂਹ ਆ ਗਿਆ ਉਦੋਂ ਹੀ ਹਰ ਵਾਰੀ ਦਾ ਕੰਮ ਹੈ, ਹਰ ਵਾਰੀ ਦਾ। ਅਤੇ ਫਿਰ ਕਿੰਨੀ ਦੇਰ ਰਹਿੰਦਾ ਹੁਣ ਇਹ, ਜੇ ਨਾ ਫੋਨ ਕਰੀਏ ਤਾਂ ਦੋ ਤਿੰਨ ਦਿਨ ਟੱਪ ਜਾਂਦੇ ਜੀ, ਫੋਨ ਕਰਕੇ ਬੁਲਾਉਣਾ ਪੈਂਦਾ ਬਕਾਇਦਾ, ਵੀ ਆ ਜਾਂਦੇ ਨੇ ਮਾਰਕੀਟ ਨੂੰ, ਉਹ ਵੀ 2-3 ਦਿਨਾਂ ਬਾਅਦ ਕਿਧਰਤੀ ਫਿਰ ਕਿਤੇ ਸੁਣਵਾਈ ਹੁੰਦੀ ਆ। ਇਹ ਹਾਲ ਹੈ ਜੀ ਮੇਰੇ ਸ਼ਹਿਰ ਦੇ ਮਹਿਣਾ ਚੌਂਕ ਦਾ, ਅਤੇ ਜਿੱਥੇ ਆਹ ਦੇਖ ਲਓ ਤੁਸੀਂ ਦਰਿਆ ਗੰਦੇ ਪਾਣੀ ਦਾ, ਇਹ ਹਾਲ ਹੈ। ਹਾਂਜੀ ਆ ਜਾਓ, ਦੱਸ ਦਿਓ, ਆ ਜਾਓ ਇੱਧਰ ਆ ਜਾਓ ਤੁਸੀਂ ਵੀ, ਇੱਥੇ ਆ ਜਾਓ ਨਾ ਫਿਰ ਉੱਥੇ ਜੇ ਥੋੜ੍ਹਾ ਜਿਹਾ, ਹਾਂ ਬਹੁਤ ਦੱਸ, ਚਲੋ ਕੁਛ ਪੁੱਛਦੇ ਸੀ ਨਾ ਤੁਸੀਂ ਹਾਂਜੀ ਕਹਿ ਕੇ, ਮੈਂ ਕਿਹਾ ਸ਼ਾਇਦ ਕੁਛ ਕਈ ਵਾਰੀ ਹੁੰਦਾ ਬੰਦੇ ਨੇ ਕਹਿਣਾ ਹੁੰਦਾ, ਅਤੇ ਮੇਰਾ ਤਾਂ ਕੰਮ ਕੀ ਹੈ, ਮੈਂ ਤਾਂ ਦਿਖਾਉਣਾ ਹੁੰਦਾ ਵੀ ਆਹ ਦੇਖ ਲਓ ਤੁਸੀਂ ਆਹ ਹਾਲ ਵੇਖ ਲਓ। ਹੁਣ ਡਾਕਟਰ ਸਾਹਿਬ ਕੋਲ ਕਿਸੇ ਨੇ ਦਵਾਈ ਲੈਣ ਜਾਣਾ, ਐਡਾ ਗੰਦਾ ਪਾਣੀ ਜਿਹੜਾ ਟੱਪ ਕੇ ਜਾਣਾ ਹੈ ਕਿਸੇ ਨੇ, ਕਿਹਨੂੰ ਕਹੀਏ, ਕਿਹਨੂੰ ਦੁਖੜਾ ਸੁਣਾਈਏ, ਸਮੇਂ ਤੋਂ ਬਾਹਰ ਹੈ, ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ, ਪਤਾ ਨਹੀਂ ਇਹ ਘੇਸਲ ਵੱਟ ਜਾਂਦੇ ਹੈ, ਕਿਉਂਕਿ ਤਨਖਾਹਾਂ ਤਾਂ ਮਿਲ ਜਾਣੀ ਹੈ, ਨਵਾਂ ਹੁਣ ਮਹੀਨਾ ਚੜ੍ਹਿਆ ਸੁੱਖ ਨਾਲ ਤਿਉਹਾਰਾਂ ਦੇ ਦਿਨ ਹੈ, ਵੈਸੇ ਵੀ ਹਾਜ਼ਰੀਆਂ ਲੱਗ ਜਾਣੀਆਂ ਨੇ, ਤਨਖਾਹਾਂ ਖਾਤਿਆਂ 'ਚ ਪੈ ਜਾਣੀਆਂ, ਅਤੇ ਕੀ ਲੋੜ ਪਈ ਹੈ, ਪੈ ਗਈਆਂ ਹੋਣਗੀਆਂ, ਕੈਮਰਾਮੈਨ ਸਾਹਿਬ ਕਹਿੰਦੇ ਪੈ ਗਈਆਂ, ਅਤੇ ਫਿਰ ਇਹਨਾਂ ਨੂੰ ਕੀ ਲੋੜ ਹੈ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਨ ਦੀਆਂ, ਆਹ ਲੋਕਾਂ ਵਾਸਤੇ ਕੋਈ ਕੰਮ ਕਰਨ ਦੀਆਂ, ਲੋਕ ਯਵਕਦੇ ਰਹਿਣ, ਲੋਕ ਤੁਰੇ ਫਿਰਦੇ ਆ ਇਸ ਗੰਦ ਦੇ ਵਿੱਚ, ਉਹ ਜਿਵੇਂ ਬੀਬਾ ਜੀ ਸੀਗੇ ਵਿਚਾਰੇ ਗੁਰਦੁਆਰਾ ਸਾਹਿਬ ਨੰਗੇ ਪੈਰੀ ਇੱਥੋਂ ਜਾਂਦੇ ਨੇ ਇਸੇ ਗੰਦੇ ਪਾਣੀ 'ਚੋਂ, ਅਤੇ ਇਸੇ ਗੰਦੇ ਪਾਣੀ 'ਚੋਂ ਵਾਪਸ ਆਏ ਕਿਹੜੀ ਪਵਿੱਤਰ ਜਗ੍ਹਾ 'ਤੇ ਗਏ, ਫਿਰ ਉਹ ਬਿਮਾਰੀਆਂ ਵਿਚਾਰੀਆਂ, ਫਿਰ ਇਹਨਾਂ ਨੂੰ ਇਨਫੈਕਸ਼ਨ ਹੋ ਜਾਣੀ ਹੈ ਨਾ, ਪੈਰਾਂ ਦੇ ਇਨਫੈਕਸ਼ਨ, ਸਕਿਨ ਪ੍ਰੋਬਲਮ ਜਿਹੜੀ ਹੈ ਉਹ, ਤਾਂ ਆਹ ਤੁਸੀਂ ਤੁਹਾਨੂੰ ਲੱਗਦਾ ਕਿਤੇ ਕੋਈ ਸਵੱਛਤਾ, ਆਹ ਸਵੱਛਤਾ ਦਿਖਦੀ ਤੁਹਾਨੂੰ ਸ਼ਹਿਰ ਦੇ ਵਿੱਚ, ਆਹ ਹਾਲ ਵੇਖ ਲਓ ਤੁਸੀਂ, ਇਹ ਇੰਨਾ ਜ਼ਿਆਦਾ ਪਾਣੀ ਗੰਦਾ ਵਗਦਾ ਪਿਆ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਇਹਦੇ ਬਾਰੇ, ਐਡਾ ਗੰਦਾ ਪਾਣੀ ਮੇਰੇ ਵੀ, ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਸਰਕਾਰ ਨੂੰ, ਕੋਈ ਮੁੱਦਾ ਹੋਵੇ, ਕੋਈ ਹੱਲ ਹੋਵੇ ਇਸ ਚੀਜ਼ ਦਾ। ਮਹਿਣਾ ਚੌਂਕ ਇੱਕ ਵਧੀਆ ਸ਼ਹਿਰ ਦਾ ਚੌਂਕ ਹੈ, ਜਿਹਨੂੰ ਮਹਿਣਾ ਚੌਂਕ ਕਹਿੰਦੇ ਆ, ਸ਼ਹਿਰ ਦਾ ਮੁੱਖ ਚੌਂਕ ਵੱਜਦਾ, ਇੱਥੇ ਕੋਈ ਸੁਵਿਧਾ ਨਹੀਂ, ਸੀਵਰ ਬੰਦ ਹੁੰਦੇ ਆ ਗਲੀਆਂ ਦੇ ਵਿੱਚ, ਨਾ ਬਹੁਤ ਜ਼ਿਆਦਾ ਗੰਦ ਭਰਿਆ ਜੀ ਇੱਥੇ,
ਡੇਰੀਆਂ ਡੇਰੀਆਂ ਕਰਕੇ ਗੋਬਰ ਭਰ ਜਾਂਦਾ, ਹਰ ਦਿਨ ਸੀਵਰ ਬੰਦ ਹੀ ਰਹਿੰਦਾ ਜੀ ਇੱਥੇ। ਬਾਕੀ ਤੁਸੀਂ ਦੇਖ ਹੀ ਰਹੇ ਹੋ, ਆਪ ਦੇਖ ਰਹੇ ਹੋ ਤੁਸੀਂ ਕਿੰਨਾ ਗੰਦ। ਮੈਂ ਤਾਂ ਮੇਰੇ ਵੀਰ ਬੜੇ 7 ਮਹੀਨਿਆਂ ਤੋਂ ਇਹੀ ਦੇਖਦਾ ਆ ਰਿਹਾ, ਕੋਸ਼ਿਸ਼ ਇਹੀ ਸੀ ਕਿ ਹਾਲ ਮੇਰੇ ਸ਼ਹਿਰ ਦਾ ਪ੍ਰੋਗਰਾਮ ਇਸ ਕਰਕੇ ਰੱਖਿਆ ਸੀ ਵੀ ਮੇਰੇ ਜਿਹੜੇ ਬਾਹਰ ਦੋਸਤ ਰਹਿੰਦੇ ਨੇ ਬਠਿੰਡੇ ਤੋਂ, ਭਾਵੇਂ ਉਹ ਪੰਜਾਬ ਤੋਂ ਬਾਹਰ ਨੇ ਭਾਵੇਂ ਦੇਸ਼ ਤੋਂ ਬਾਹਰ ਨੇ, ਤਾਂ ਉਹ ਕਹਿੰਦੇ ਹੁੰਦੇ ਸੀ ਭਾਅ ਜੀ ਵੀ ਆਪਣਾ ਬਠਿੰਡਾ ਕਿਵੇਂ। ਤਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਚਲੋ ਯਾਰ ਮੈਂ ਤੁਹਾਨੂੰ ਬਠਿੰਡੇ ਦਾ ਹਾਲ ਦਿਖਾਉਣਾ, ਪਰ ਹੁੰਦਾ ਕੀ ਪਿਆ, ਹੁੰਦਾ ਹੈ ਵੀ ਮੈਂ ਚੱਜ ਦੀ ਚੀਜ਼ ਉਹਨਾਂ ਨੂੰ ਹਾਲੇ ਤੱਕ ਕੋਈ ਨਹੀਂ ਦਿਖਾ ਸਕਿਆ ਵੀ ਜਿਹੜਾ ਮੈਂ ਕਹਿ ਦਿਆਂ ਯਾਰ ਵੀ ਆਹ ਬਹੁਤ ਵਧੀਆ ਗੱਲ ਹੈ। ਹਾਂ ਕੱਲ੍ਹ ਇੱਕੋ ਬੜੀ ਵਧੀਆ ਇੱਕ ਚੀਜ਼ ਮੈਂ ਦਿਖਾਈ ਸੀ, ਇੱਕ ਮੁੰਡਾ ਜਿਹੜਾ ਵਿਚਾਰਾ ਬੂਟ ਪੋਲਿਸ਼ ਕਰਨ ਵਾਲਿਆਂ ਦਾ, ਉਹ ਇੰਡੀਅਨ ਆਈਡਲ 'ਚ ਪਹੁੰਚ ਗਿਆ, ਇਹ ਬਹੁਤ ਵਧੀਆ ਗੱਲ ਹੈ, ਖੁਸ਼ੀ ਦੀ ਗੱਲ ਹੈ। ਪਰ ਉਹ ਆਹ ਹਾਲਾਤ ਹੈ, ਤੁਸੀਂ ਤੁਸੀਂ ਵੇਖੋ ਉੱਥੋਂ ਮਹਿਣਾ ਚੌਂਕ ਤੋਂ ਲੱਗਿਆ। ਹਾਂਜੀ ਗੰਦਗੀ ਹਰ ਵਕਤ ਇਸ ਮਹਿਣਾ ਚੌਂਕ ਦੇ ਵਿੱਚ, ਹਰ ਵਕਤ ਸੀਵਰ ਓਵਰ ਰਹਿੰਦੇ ਹਰ ਵਕਤ, ਕਿਸੇ ਸਮੇਂ ਵੀ ਆ ਦੇਖ ਲਓ ਹੁਣ ਪਾਣੀ ਦੀ ਕਿਤਨੀ ਗੰਦੀ ਬਦਬੋ ਕਿਤਨੀ ਮਾਰ ਰਹੀ ਹੈ, ਔਰ ਇਹ ਬਿਮਾਰੀਆਂ ਨੂੰ ਦੇਣ ਵਾਲੀ ਪਹਿਲ, ਠੀਕ ਹੈ ਨਾ। ਇਸ ਕਰਕੇ ਇਸਦਾ ਪੂਰਾ ਪੱਕਾ ਇਲਾਜ ਕੀਤਾ, ਸੀਵਰ ਸਾਰਾ ਦਿਨ ਬੰਦ ਰਹਿੰਦੇ ਆ ਅਤੇ ਕਈ ਵਾਰੀ। ਅਤੇ ਕਦੀ ਤੁਸੀਂ ਲੋਕ ਰਲ ਕੇ ਗਏ ਨਹੀਂ ਡਿਪਾਰਟਮੈਂਟ ਕੋਲ? ਬਹੁਤ ਵਾਰੀ ਗਏ ਹਾਂ ਜੀ, ਕੋਈ ਸੁਣਵਾਈ ਨਹੀਂ ਹੈ। MC MC ਨੂੰ ਕਿ MC ਤਾਂ ਸਾਡੇ ਤਾਂ ਬਿਲਕੁਲ ਆਉਂਦਾ ਹੀ ਨਹੀਂ ਇੱਥੇ, ਨਹੀਂ ਜੀ। ਕਾਹਦੇ ਵਾਸਤੇ ਫਿਰ ਉਹ ਬਣਿਆ MC? ਬਸ MC ਬਸ ਤਨਖਾਹ ਲੈਣ ਵਾਸਤੇ। ਹਾਂਜੀ MC ਸਾਹਿਬ ਕੋਲ? ਹਾਂਜੀ 28 ਨੰਬਰ ਵਾਰਡ ਦਾ MC ਤਾਂ ਬਿਲਕੁਲ ਤਨਖਾਹ ਹੀ ਲੈਂਦਾ, ਉਹਨੇ ਕਦੇ ਗਲੀ 'ਚ ਆ ਕੇ ਨਾ ਕਿਸੇ ਨੂੰ ਮਤਲਬ ਕਿ ਕਿਸੇ ਦੁੱਖ ਦੇ ਸੁੱਖ ਦੇ, ਗਲੀਆਂ ਟੁੱਟੀਆਂ ਪਈਆਂ ਨਾਲੀਆਂ ਟੁੱਟੀਆਂ ਪਈਆਂ, ਉਹਨੇ ਕਦੇ ਨਹੀਂ ਆ ਕੇ ਇੱਕ ਦਿਨ ਵੀ ਨਹੀਂ, ਜਿੱਦੇ ਦਾ 3 ਸਾਲ ਹੋ ਗਏ ਉਹ ਐਂ ਤਨਖਾਹ ਲਾ ਲੈਂਦਾ ਖਾ ਕੇ, ਉਹਦੇ 'ਤੇ ਕੋਈ ਕਿਸੇ ਦਾ ਅਸਰ ਨਹੀਂ। ਅਸੀਂ ਬੜੀਆਂ ਐਪਲੀਕੇਸ਼ਨ। MC ਕੌਣ ਹੈ? MC ਮਿੱਠੂ ਹੈ। ਨਹੀਂ ਮਿੱਠੂ ਨਹੀਂ, ਉਹਦੀ ਘਰ ਵਾਲੀ ਹੈ ਨੀਲਮ ਰਾਣੀ, ਉਹਦਾ ਘਰ ਵਾਲਾ ਕੰਮ ਕਰਦਾ, ਲੇਕਿਨ ਉਹ ਨੀਲਮ ਰਾਣੀ ਤਾਂ ਕਿਸੇ ਨੂੰ ਸ਼ਕਲ ਵੀ ਨਹੀਂ ਦਿਖਾਈ ਵੀ ਕੀ ਹਾਲ ਹੈ ਕੀ, ਠੀਕ ਹੈ ਨਾ। ਇਸ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ, ਮਹਿਣੇ ਚੌਂਕ 'ਚ ਗੰਦਗੀ ਹਟਾਈ ਜਾਵੇ, ਠੀਕ ਹੈ ਜੀ। ਬਿਲਕੁਲ ਜੀ, ਬਹੁਤ ਬਹੁਤ ਬੁਰਾ ਹਾਲ ਹੈ, ਕੋਈ ਸੁਣ ਕੇ ਰਾਜ਼ੀ ਨਹੀਂ। ਤੁਸੀਂ ਵੇਖ ਲਓ, ਵੈਸੇ ਆਹ ਵੇਖ ਲਓ, ਇਹ ਮਹਿਣਾ ਚੌਂਕ ਦਾ ਹਾਲ ਹੈ ਜੀ। ਮਣ ਮਣ ਮਿੱਟੀ, ਮਣ ਮਣ ਗੰਦ ਅਤੇ ਗੰਦਾ ਪਾਣੀ, ਮੱਛਰਾਂ ਨੂੰ ਦਾਵਤ, ਬਿਮਾਰੀਆਂ ਨੂੰ ਦਾਵਤ, ਐਲਰਜੀ ਨੂੰ ਦਾਵਤ। ਅਤੇ ਇਹਦੇ ਨਾਲੋਂ ਚੰਗੀ ਗੱਲ ਹੈ ਵੀ ਜੇ ਤੁਸੀਂ ਸਫਾਈ ਇੱਕ ਨੂੰ ਦਾਵਤ ਦੇ ਲਓ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਨਿਜਾਤ ਸਾਨੂੰ ਮਿਲ ਜਾਵੇ। ਅੱਗੇ ਅਸੀਂ ਤੁਹਾਨੂੰ ਮੈਂ ਹੋਰ ਦਿਖਾਉਂਦਾ ਜਾਂਦਾ, ਆਹ ਮੰਦਰ ਸਾਡਾ ਜੀ, ਤੁਸੀਂ ਵੇਖੋ ਉਹੀ ਗੱਲ ਹੈ ਵੀ ਉਹ ਬੀਬਾ ਜੀ ਗੁਰਦੁਆਰਾ ਸਾਹਿਬ ਗਏ ਸੀ, ਅਤੇ ਇਹ ਤੁਸੀਂ ਇਹ ਵੇਖ ਲਓ ਵੀ ਹੁਣ ਜਿਨ੍ਹਾਂ ਨੇ ਮੰਦਰ ਜਾਣਾ, ਪਵਿੱਤਰ ਜਗ੍ਹਾ 'ਤੇ ਜਾਣਾ, ਅਤੇ ਉੱਥੇ ਹੁਣ ਗੰਦਗੀ ਲੈ ਕੇ ਜਾਣਗੇ ਜੀ ਨਾਲ। ਪਤਾ ਨਹੀਂ ਕਿਉਂ ਨਹੀਂ ਇਹ ਲੋਕ ਸੋਚਦੇ, ਸਮਝਦੇ, ਸਮਝ ਤੋਂ ਬਾਹਰ ਆ ਜਾਂਦਾ। ਤੁਹਾਨੂੰ ਮੈਂ ਅੱਗੇ ਲੈ ਕੇ ਚੱਲਦਾ ਹੁਣ, ਆ ਆ ਦੇਖੀ ਚਲੋ, ਦੇਖਣ ਵਾਲੇ ਨਜ਼ਾਰੇ ਆ ਜੀ ਇਹ ਸਾਰੇ। ਇਹ ਤੁਹਾਨੂੰ ਸਾਰੇ ਬਠਿੰਡੇ 'ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿ ਹਰ ਥਾਂ ਹੀ ਮਿਲਣਗੇ। ਆ ਵੇਖੋ ਹੁਣ ਇਹ ਹਾਲ ਹੈ, ਇਹ ਹਾਲ ਹੈ ਮੇਰੇ ਸ਼ਹਿਰ ਦਾ, ਮੇਰੇ ਸ਼ਹਿਰ ਬਠਿੰਡਾ ਦਾ ਇਹ ਹਾਲ ਹੈ। ਬੇੜਾ ਗਰਕ ਹੋਇਆ ਪਿਆ ਜੀ ਹਰ ਥਾਂ ਦਾ, ਪਤਾ ਨਹੀਂ ਕਿਉਂ ਪ੍ਰਸ਼ਾਸਨ ਸੁੱਤਾ ਪਿਆ, ਪਤਾ ਨਹੀਂ ਕਿਉਂ ਲੋਕ ਜਿਹੜੇ ਨੇ ਇਸ ਗ ਹੁਣ ਤੁਸੀਂ ਆਹ ਦੇਖੋ, ਆਹ ਦੁਕਾਨਦਾਰ ਭਰਾ ਦੇਖ ਕੇ ਬਾਹਰ ਆਏ ਨੇ। ਮੇਰੇ ਵੀਰ ਥੋੜ੍ਹਾ ਨੀਵੇਂ ਹੋ ਜਾਓ ਜੀ, ਤੁਹਾਡਾ ਕਦ ਮੇਰੇ ਨਾਲੋਂ ਜ਼ਿਆਦਾ ਉੱਚਾ। ਹਾਂਜੀ। ਆਹ ਐਡਾ ਗੰਦਾ ਪਾਣੀ, ਤੁਹਾਡੀ ਦੁਕਾਨਦਾਰੀ ਸੁੱਖ ਨਾਲ ਇੰਨਾ ਪੈਸਾ ਲਾਇਆ, ਗਾਹਕੀ ਕਿੱਦਾਂ ਦੀ ਰਹਿੰਦੀ? ਇਹ ਵੀਰ ਜੀ ਅਸੀਂ ਤਾਂ ਕਈ ਵਾਰ ਕਹਿਤਾ ਕਮੇਟੀ ਵਾਲਿਆਂ ਨੂੰ, ਪਰ ਸਾਡੀ ਕੋਈ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਔਨਲਾਈਨ ਕਿੰਨੀ ਵਾਰੀ ਕੰਪਲੇਂਟ ਲਿਖਾਈ ਹੈ ਪਰ ਸਾਡੀ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਹੁੰਦੀ। ਤਾਂ ਜੋ ਅਸੀਂ ਤਾਂ ਵਾਰ ਵਾਰ ਉਹਨਾਂ ਨੂੰ ਕਹਿ ਕੇ ਅੱਕ ਚੁੱਕੇ ਹਾਂ ਹੁਣ ਵੀ ਪ੍ਰਸ਼ਾਸਨ ਦਾ ਇਸ ਕੰਮ ਪਾਸੇ ਕੋਈ ਧਿਆਨ ਹੀ ਹੈ ਨਹੀਂਗਾ। ਉਹਨਾਂ ਨੂੰ ਪੁੱਛ ਲੈਣਾ ਸੀ ਯਾਰ ਕੋਈ ਚੌਲ ਚੂਲ ਵੰਡ ਦੀਏ, ਇਹ ਜੱਗ ਕਰਾ ਦਈਏ। ਇਹ ਰੱਬ ਹੀ ਉਹਨਾਂ ਪਿੱਛੇ ਕੋਈ ਜੱਗ ਕਰਾਊਗਾ ਤਾਂ ਹੀ ਇਹ ਕੰਮ ਨਿਬੜੂ, ਅਦਰਵਾਈਜ਼ ਨਿਬੜਨ ਵਾਲਾ ਕੋਈ ਹੈ ਨਹੀਂਗਾ। ਉਹਨਾਂ ਨੂੰ ਪੁੱਛ ਲੈਣਾ ਸੀ ਵੀ ਬਾਈ ਜੀ ਮੂਰਤ ਕਦੋਂ ਨਿਕਲੂਗਾ? ਭਾਅ ਜੀ ਇਹ ਮੂਰਤ ਤਾਂ ਉਹਨਾਂ ਵਾਸਤੇ ਕੋਈ ਸਪੈਸ਼ਲ ਪੰਡਤ ਜੰਮਣਾ ਹੀ ਪਊਗਾ, ਅਦਰਵਾਈਜ਼ ਤਾਂ ਹੈ ਨਹੀਂਗਾ ਕੋਈ ਪੰਡਤ। ਇਹ ਹੁਣ ਦੇਖੋ ਜੰਮਣ ਜਮਾਣ ਵਾਲੀ ਤਾਂ ਜ਼ਿੰਮੇਵਾਰੀ ਮੈਂ ਨਹੀਂ ਲੈ ਸਕਦਾ, ਪਰ ਮੈਂ ਦਿਖਾ ਜ਼ਰੂਰ ਸਕਦਾ ਵੀ ਆਹ ਹਾਲਾਤ ਹੈ ਮੇਰੇ ਸ਼ਹਿਰ ਦੇ, ਦੁਕਾਨਦਾਰੀਆਂ ਠੱਪ, ਗੰਦਾ ਪਾਣੀ। ਹੁਣ ਆਹ ਸਾਡੀਆਂ ਧੀਆਂ ਵਿਚਾਰੀਆਂ ਚੱਲੀਆਂ ਨੇ, ਇਹ ਹੁਣ ਇਸ ਗੰਦੇ ਪਾਣੀ 'ਚੋਂ ਟੱਪ ਕੇ ਜਾਣਗੀਆਂ, ਤੁਸੀਂ ਇਹ ਦੇਖੋ। ਅੱਗੇ ਤੁਹਾਨੂੰ ਮੈਂ ਹੋਰ ਦਿਖਾਉਂਦਾ, ਇਹ ਇੱਧਰ ਆਹ ਵੇਖ ਲਓ ਤੁਸੀਂ, ਹੁਣ ਆਹ ਵਿਚਾਰਾ ਇੱਕ ਰੇਹੜੀ ਵਾਲਾ ਹੈ ਨਾ, ਹੁਣ ਉਹ ਵੇਖਿਆ ਤੁਸੀਂ ਉਹ ਕਿੱਦਾਂ ਆ ਬੜੀ ਮੁਸ਼ਕਲ, ਅਤੇ ਆਹ ਦੇਖ ਲਓ, ਦੇਖੋ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ। ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦਿਖਾ ਲਓ
ਇੱਥੇ ਵਿਚਾਰਾ ਇੱਥੇ ਗੰਦਾ ਪਾਣੀ ਹੈ ਅਤੇ ਉੱਤੇ ਉਹ ਆਪਣਾ ਰੋਟੀ ਦਾ ਜੁਗਾੜ ਕਰਨ ਵਾਸਤੇ ਰੇਹੜੀ ਲਾ ਕੇ ਬੈਠਾ। ਇੱਥੇ ਮੱਖੀਆਂ ਬੈਠਣੀਆਂ ਇਹਨਾਂ ਚੀਜ਼ਾਂ 'ਤੇ ਆ ਜਾਣੀਆਂ, ਭਾਵੇਂ ਵਿਚਾਰੇ ਨੇ ਚਲੋ ਚੰਗਾ ਢੱਕ ਕੇ ਰੱਖਿਆ ਹੋਇਆ, ਪਰ ਗੱਲ ਤੁਸੀਂ ਇਹ ਦੇਖ ਲਓ। ਇਹ ਤੁਹਾਨੂੰ ਸਭ ਤੋਂ ਵੱਡਾ ਨਜ਼ਾਰਾ ਮੈਂ ਦਿਖਾਵਾਂ, ਇਹ ਹੈ ਜੀ ਸਾਡੇ ਸ਼ਹਿਰ ਦਾ ਮਹਿਣਾ ਚੌਂਕ ਦਾ ਅਗਲਾ ਹਿੱਸਾ। ਇਹ ਤੁਹਾਨੂੰ ਇਸ ਥਾਂ ਦਿਖਾਵਾਂ, ਦੋ ਢਾਬੇ, ਇੱਕ ਹੌਸ, ਤਿੰਨ ਢਾਬੇ ਸੁੱਖ ਨਾਲ, ਤਿੰਨ ਢਾਬੇ ਨੇ ਇੱਥੇ, ਇੱਕ ਹੌਸਪਿਟਲ ਹੈ, ਅਤੇ ਇਹ ਉਹ ਢਾਬੇ ਨੇ ਜਿਹੜੇ ਸ਼ਹਿਰ ਦੇ ਵਿੱਚ ਚੱਲਦੇ ਬਹੁਤ ਜ਼ਿਆਦਾ। ਅਤੇ ਉੱਥੇ ਇਹ ਹਾਲ ਦੇਖ ਲਓ, ਇਹ ਹਾਲ ਦੂਰ ਤੱਕ ਤੁਹਾਨੂੰ ਜਿਹੜਾ ਆ, ਚਲੋ ਐਕਟਿਵਾ ਵਾਲਾ, ਮੋਟਰਸਾਈਕਲ ਵਾਲਾ, ਕਾਰ ਵਾਲਾ, ਉਹ ਤਾਂ ਟੱਪ ਜਾਣਗੇ ਹੌਲੀ ਹੌਲੀ ਕਰਕੇ, ਪਰ ਜਿਵੇਂ ਹੁਣ ਇਹ ਬੱਚੀਆਂ ਸਾਡੀਆਂ ਪੈਦਲ ਜਾ ਰਹੀਆਂ, ਉਹ ਕਿਵੇਂ ਜਾਣਗੀਆਂ ਵਿਚਾਰੀਆਂ, ਕਿੰਨੇ ਗੰਦੇ ਪਾਣੀ 'ਚੋਂ ਟੱਪ ਕੇ ਜਾਣਗੀਆਂ, ਕਿੰਨੀਆਂ ਬਿਮਾਰੀਆਂ ਇੱਥੋਂ ਲੈ ਕੇ ਜਾਣਗੀਆਂ, ਕੋਈ ਨਹੀਂ ਪੁੱਛਦਾ। ਹੁਣ ਤੁਸੀਂ ਇਹ ਵੇਖੋ ਵੀ ਬੜਾ ਸਲੋਅ ਕਰਕੇ ਉਹਨੇ ਵਿਚਾਰੇ ਨੇ ਕੱਢਿਆ, ਪਰ ਫਿਰ ਵੀ ਪਾਣੀ ਦੇ ਛਿੱਟੇ ਮੇਰੇ ਪਏ ਨੇ। ਇੱਧਰ ਵੀ ਢਾਬਾ, ਇੱਧਰ ਵੀ ਢਾਬਾ, ਅਤੇ ਇੱਧਰ ਵੀ ਢਾਬਾ, ਆਹ ਡਾਕਟਰ ਸਾਹਿਬ ਦਾ ਅਤੇ ਹਾਲ, ਦੁਕਾਨਦਾਰੀਆਂ, ਫਿਰ ਬਿਮਾਰੀਆਂ, ਫਿਰ ਬਹੁਤ ਕੁਛ। ਇਹਨਾਂ ਗੱਲਾਂ 'ਤੇ ਮੈਨੂੰ ਨਹੀਂ ਲੱਗਦਾ ਕੋਈ ਡਿਪਾਰਟਮੈਂਟ ਕੋਈ ਧਿਆਨ ਦੇ ਰਿਹਾ, ਵੀ ਗੱਲਾਂ ਜਿੰਨੀਆਂ ਮਰਜ਼ੀ ਗੱਲਾਂ ਕਰਾ ਲਓ, ਹੁਣ ਕਰਾ ਲਓ ਕੋਈ ਸਮਾਗਮ ਵੀ ਹਾਂਜੀ ਠੀਕ ਹੈ ਜੀ, ਉਹ ਅੱਛਾ ਫਿਰ ਉਹਦੇ 'ਤੇ ਐਡਵਰਟੀਜ਼ਮੈਂਟ ਵੀ ਹੋ ਜਾਏਗੀ, ਐਡਵਰਟੀਜ਼ਮੈਂਟ ਲਈ ਪੈਸਾ ਆ ਜਾਂਦਾ। ਦੇਖੋ ਤੁਸੀਂ ਉਦੋਂ ਸ਼ਹਿਰ ਦੇ ਪਤਵੰਤੇ ਸੱਜਣ ਵੀ ਆ ਜਾਂਦੇ ਨੇ। ਹੁਣ ਮੈਂ ਤੁਹਾਨੂੰ ਦਿਖਾਵਾਂ, ਇਹਨਾਂ ਨੇ 2 ਅਕਤੂਬਰ ਨੂੰ ਉਹ ਮਨਾਇਆ ਜੀ, ਅਸੀਂ 150 ਸਾਲਾ ਗਾਂਧੀ ਜੀ ਦੀ ਜਯੰਤੀ ਮਨਾਈ, ਅਤੇ ਉਹਦੇ 'ਚ ਪਲਾਸਟਿਕ ਮੁਕਤ ਜਿਹੜਾ ਸ਼ਹਿਰ ਨੂੰ ਕਰਨਾ ਸੀ। ਉਸ ਵੇਲੇ ਸੰਸਥਾਵਾਂ, ਉਸ ਵੇਲੇ ਸਪੌਂਸਰ ਲੋਕ, ਉਹ ਵੀ ਮਿਲ ਗਏ। ਅਤੇ ਕੀ ਇਹਨਾਂ ਚੀਜ਼ਾਂ ਨੂੰ ਸਮੇਟਣ ਦੇ ਲਈ, ਇਹਨਾਂ ਸਫਾਈਆਂ ਦੇ ਲਈ ਇਹਨਾਂ ਨੂੰ ਸਪੌਂਸਰ, ਜੇ ਮੰਨ ਲਓ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਅਤੇ ਉਦੋਂ ਸਪੌਂਸਰ ਨਹੀਂ ਮਿਲਦੇ ਸਾਡੇ ਨਾਲ, ਕੀ ਹਾਲ ਆ ਵੀਰ? ਵਧੀਆ ਵੀਰ ਜੀ, ਮੈਂ ਬੀਜੀ ਪਹਿਲਾਂ ਤੁਹਾਡਾ। ਅੱਛਾ, ਐਡੇ ਗੰਦੇ ਪਾਣੀ 'ਚ ਵੀ ਤੁਹਾਡਾ ਹਾਲ ਬਹੁਤ ਵਧੀਆ। ਤੁਸੀਂ ਮੇਰਾ ਹਾਲ ਪੁੱਛਿਆ, ਪਰ ਪਹਿਲਾਂ ਮੈਂ ਤੁਹਾਡਾ ਥੈਂਕਸ ਕਰਦਾ ਵੀ ਤੁਹਾਨੂੰ ਇਸ ਬਾਰੇ, ਮਹਿਣਾ ਚੌਂਕ ਬਾਰੇ ਅੱਜ ਆਈਡੀਆ ਹੋਇਆ ਵੀ ਹਾਂ ਮਹਿਣਾ ਚੌਂਕ 'ਚ ਬਹੁਤ ਬੁਰਾ ਹਾਲ ਹੈ। ਵੀਰ ਜੀ ਘੱਟੋ ਘੱਟ 2-3 ਸਾਲ ਹੋ ਚੱਲੇ ਆ। ਆ ਜਾਓ ਕੈਮਰੇ ਅੱਗੇ ਆ ਜਾਓ, ਉਹਨਾਂ ਨੂੰ ਪਤਾ ਨਹੀਂ ਲੱਗਦਾ ਥੋੜ੍ਹੇ। ਹਾਂਜੀ ਵੀਰ ਜੀ, 2-3 ਸਾਲ ਹੋ ਚੱਲੇ ਆ ਵੀ ਪੁੱਛੋ ਨਾ ਵੀ ਹਰ ਰੋਜ਼ ਦਾ ਹੀ ਕੰਮ ਹੈ ਇਹ। ਅਸੀਂ ਬਹੁਤ ਐਪਲੀਕੇਸ਼ਨਾਂ ਦੇ ਕੇ ਕਮੇਟੀ ਨੂੰ ਦਿੱਤੀਆਂ, MC ਨੂੰ ਵੀ ਕਿਹਾ, ਉਹ ਹਰ ਵਾਰੀ ਇੱਕੋ ਬਿਆਨ, ਬਸ ਜੀ ਥੋੜ੍ਹੇ ਦਿਨਾਂ ਦੇ ਵਿੱਚ ਹੋ ਜਾਏਗਾ। ਥੋੜ੍ਹੇ ਦਿਨ ਕਦੋਂ? ਹਾਂ ਬਸ ਅੱਜ ਤੱਕ ਆਏ ਨਹੀਂ ਜੀ, 2-3 ਸਾਲ ਹੋ ਚੱਲੇ ਆ। ਦੇਖੋ ਥੋੜ੍ਹੇ ਦਿਨ ਹੀ ਨਹੀਂ ਆਏ, ਮੈਂ ਕਮਿਸ਼ਨਰ ਸਾਹਿਬ ਨੂੰ ਵੀ ਮੇਲ ਪਾਈ ਹੈ ਪਰ ਉਹਦਾ ਵੀ ਕੋਈ ਰਿਪਲਾਈ ਨਹੀਂ ਆਇਆ, ਕੋਈ ਰਿਵਰਟ ਨਹੀਂ ਆਇਆ। SC ਗੁਪਤਾ ਸਾਹਿਬ ਨਾਲ ਉਹ ਕਹਿੰਦੇ ਜੀ ਮੇਰੀ ਜ਼ਿੰਮੇਵਾਰੀ ਲੱਗ ਗਈ ਜੀ ਸੜਕ ਬਾਰੇ। ਗੁਪਤਾ ਜੀ ਨੂੰ ਮੈਂ ਫੋਨ ਕੀਤਾ, ਗੁਪਤਾ ਜੀ ਹਰ ਵਾਰੀ ਕਹਿੰਦੇ ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਜੀ, ਤੁਸੀਂ ਵਾਰ-ਵਾਰ ਮਣੀ ਜੀ ਮੈਨੂੰ ਫੋਨ ਨਾ ਕਰੋ। ਮੈਂ ਬਿਜ਼ੀ ਹਾਂ। ਨਹੀਂ ਨਹੀਂ ਬਿਜ਼ੀ, 1 ਮਿੰਟ ਮੈਂ ਮੇਰੀ ਗੱਲ ਸੁਣੋ। ਉਹਨਾਂ ਨੂੰ ਇਹ ਪੁੱਛਣਾ ਸੀ ਵੀ ਵਾਰ-ਵਾਰ ਮੈਂ ਫੋਨ ਨਹੀਂ ਕਰਦਾ, ਤੁਸੀਂ ਸਾਨੂੰ ਇਹ ਦੱਸ ਦਿਓ ਵੀ ਸਾਨੂੰ 1 ਡੇਟ ਦੇ ਦਿਓ, ਵੀ ਮੈਂ ਉਦੋਂ ਤੁਹਾਨੂੰ ਫੋਨ ਕਰ ਲੂੰਗਾ ਵੀ ਜਨਾਬ ਇਹ ਕੰਮ ਹੋ ਗਿਆ। ਆਪਾਂ ਗੁਪਤਾ ਜੀ ਜਿਹੜੇ ਨੇ ਉਹਨਾਂ ਨਾਲ ਵੀ ਪੁੱਛ ਲਏ, ਕਿੰਨੇ ਕੁ ਫੋਨ ਕੀਤੇ ਤੁਸੀਂ ਉਹਨਾਂ ਨੂੰ? ਮੈਂ ਘੱਟੋ ਘੱਟ ਜੀ 1 ਦਿਨ ਦੇ ਵਿੱਚ ਘੱਟੋ 10 ਫੋਨ ਕਰਤੇ ਉਹਨਾਂ ਨੂੰ। ਉਹ ਕਹਿੰਦੇ ਜੀ ਮੈਂ, ਮੇਰੀ ਵਾਈਫ ਬਿਮਾਰ ਹੈ, ਮੈਂ ਉੱਧਰ ਬਿਜ਼ੀ ਹਾਂ। ਮੈਂ ਕਿਹਾ ਸਰ ਤੁਹਾਡੀ ਵਾਈਫ ਬਿਮਾਰ ਹੈ, ਠੀਕ ਹੈ, ਸਾਡੀਆਂ ਨਾ ਨਾ ਕਰੋ। ਹਾਂ ਮੈਂ ਕਿਹਾ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਜੀ, ਬਹੁਤ ਗੰਦ ਹੈ ਇੱਥੇ, ਤੁਸੀਂ ਪੂਰੇ ਮੁਹੱਲੇ ਨੂੰ ਪੁੱਛ ਕੇ ਦੇਖੋ ਕਿੰਨਾ। ਭਾਈ ਸਾਹਿਬ ਦੁਪਹਿਰੇ ਕੀ ਹੁੰਦਾ, ਜਦੋਂ ਬੱਚੇ ਆਉਂਦੇ ਆ ਨਾ ਤਾਂ ਬੇਟੀਆਂ ਬੇਟੇ ਬਹੁਤ ਜ਼ਿਆਦਾ ਡਿੱਗਦੇ ਆ ਇੱਥੇ, ਕਿਉਂਕਿ ਸੜਕ ਬਹੁਤ ਜ਼ਿਆਦਾ ਡੂੰਘੀ ਹੋ ਚੁੱਕੀ ਹੈ, ਪਰ ਕੋਈ ਸੁਣਵਾਈ ਹੈ ਨਹੀਂ। ਬਠਿੰਡੇ ਦੇ ਵਿੱਚ ਬਹੁਤ ਮਾੜਾ ਹਾਲ ਹੈ ਇਹ। ਇੱਕ ਪਾਸੇ ਆਪਾਂ ਕਹਿੰਦੇ ਵੀ ਬਠਿੰਡਾ ਅਸੀਂ ਬਹੁਤ ਵਧੀਆ ਬਣਾ ਦੇਣਾ, ਪਰ ਆਹ ਦੇਖੋ ਹਾਲ, ਦੇਖੋ ਆਹ ਬਠਿੰਡਾ, ਦੇਖੋ ਕਿੰਨਾ ਵਧੀਆ ਹਾਲ ਹੋ ਰਿਹਾ ਬਠਿੰਡੇ ਦਾ। ਔਰ ਤੁਸੀਂ ਦੁਕਾਨਦਾਰ ਭਰਾਵਾਂ ਨੂੰ ਪੁੱਛ ਕੇ ਦੇਖੋ, ਮੈਂ ਕਹਿੰਦਾ ਜੀ ਇੰਨੇ ਕੁ ਦੁਖੀ ਆ ਨਾ ਉਹ, ਆਹ ਮੇਰੇ ਪੜੋਸੀ ਆ RO ਦਾ ਕੰਮ ਕਰਦੇ, ਇਹਨਾਂ ਨੂੰ ਪੁੱਛ ਕੇ ਦੇਖੋ। ਇੱਧਰ ਆਓ ਜੀ, ਕੈਮਰੇ ਦੇ ਅੱਗੇ ਆਓ ਥੋੜ੍ਹਾ ਬਹੁਤ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਵਿਪਨਜੀਤ। ਵਿਪਨਜੀਤ? ਹਾਂਜੀ ਵਿਪਨਜੀਤ। ਹਾਂਜੀ ਵਿਪਨਜੀਤ, ਇਹ ਤੁਹਾਡੀ ਇੱਥੇ ਜਿੱਤ ਹੈਗੀ ਹੈ ਇਸ ਏਰੀਏ 'ਚ? ਜਨਾਬ ਇੱਦੂ ਵੱਡੀ ਹਾਰ ਹੋ ਨਹੀਂ ਸਕਦੀ ਕਦੇ, ਪਿਛਲੇ 5 ਸਾਲਾਂ ਤੋਂ ਇੱਥੇ ਲੁੱਕ ਨਹੀਂ ਪਈ, ਸੜਕ ਦਾ ਉਹੀ ਹਾਲ ਹੈ, ਅਸੀਂ ਕੰਪਲੇਂਟਾਂ ਕਰ ਕਰਕੇ ਹਾਰ ਗਏ। ਈਵਨ ਸਾਡਾ ਤਾਂ ਹੁਣ ਇਹ ਮਨ ਬਣਿਆ ਸੀ ਵੀ ਜਾਂ ਤਾਂ ਦੁਕਾਨਾਂ ਛੱਡ ਜਾਈਏ ਉਰੋਂ, ਅਤੇ ਜਾਂ ਧਰਨਾ ਲਾ ਕੇ ਪੈ ਜਾਈਏ, ਵੀ ਕੋਈ ਹੱਲ, ਕੋਈ ਵੀ ਹੱਲ ਨਹੀਂ ਹੋਇਆ। ਅਸੀਂ ਸਭ ਨੂੰ ਕਹਿ ਕਹਿ ਕੇ ਦੇਖ ਲਿਆ, ਆਹ ਮਨੀ ਜੀ ਨੇ ਤਾਂ ਮੈਨੂੰ ਲੱਗਦਾ ਛੱਡਿਆ ਹੀ ਕੋਈ ਨਹੀਂ ਜਿਹਨੂੰ ਮੇਲ ਨਾ ਕੀਤੀ ਹੋਵੇ, ਪਰ ਐਂਡ ਦੇ ਆ ਕੇ ਰਿਜ਼ਲਟ ਇਹ ਨਿਕਲਿਆ ਵੀ ਸਾਨੂੰ ਇਹ ਤੋਂ ਨਜਾਤ ਨਹੀਂ ਮਿਲਿਆ। ਉਹ ਫਿਰ ਦੇਖੋ ਇੰਨੀਆਂ ਐਪਲੀਕੇਸ਼ਨਾਂ ਦੇ ਲਈਆਂ, ਇੰਨੀਆਂ ਮੇਲਸ ਕਰਤੀਆਂ ਨੇ, ਫੋਨ ਕਰਤੇ, ਤੁਸੀਂ ਲੋਕ ਇਸ ਗੱਲ 'ਤੇ ਵੀ ਆ ਗਏ ਯਾਰ ਅਸੀਂ ਦੁਕਾਨਾਂ ਹੀ ਇੱਥੇ ਛੱਡ ਜਾਈਏ, ਇਹਨਾਂ ਦੇ ਕੰਨਾਂ 'ਤੇ ਜੂ ਨਹੀਂ ਸਰਕਦੀ?
सर ये तो अफसरशाही इन्नी हावी हो चुकी है भी इन्हों लगता आम जनता का पागल है जी तुरी फिर है। आफ्टरऑल जो फंड है वो लोगों को इकट्ठा होंगे जी उन्होंने तनखा मिलती है साडा ही टैक्स है या साडा ही सब कुछ है फिर वो साडे बारे नहीं सोचते भी एंड देकर रिजल्ट की निकलना। अच्छा एक मैं ये भी गल नहीं समझ आती जिमें इन्होंने कहा भी अफसरशाही जी इन्नी ज़्यादा हैवी हो चुकी है इन्नी ज़्यादा हावी हो चुकी है भी जोड़े साडे लोगों बारे सोचते नहीं ये उही अफसर ने जिहड़े इन्हां सड़कां ते तुर के इन्हां सड़कां ते साइकल चला के मोटरसाइकिल चला के जवान होए इन्हां सड़कां दे टोयां चों जा के उन्हां कुर्सियां ते बैठे आ कि उत्थे जा के पता नहीं लगता भी यार असीं इसे थां तों टप्पे हाँ कोई ये तो है नहीं भी उत्तों पैराशूट राही कोई थल्ले आया जिहनूं इन्हां सड़कां बारे इन्हां प्रॉब्लम्स बारे इन्हां लोकां दीआं मुश्किलां बारे नहीं पता कि उन्हां नूं ये नहीं पता कि यह गंदा पानी किन्ना नुकसान पहुँचाता कि उन्होंने ये नहीं पता कि ये किन्नियां बीमारियां होणगियां कि सीएमओ साहब बैठे ने उन्होंने आप पूछ लिए भी जनाब आ जिहड़ा गंदा पानी इन्ना है ये दस दिओ भी किन्नियां बीमारियां लैके आएगा। असी बड़े सारे ने रल के सारे डिपार्टमेंट ही बड़िया मशहूरियां कर दें बड़ी एडवरटीजमेंट कर दें जी साफ सुथरा पंजाब बनाउणा जी स्वच्छ भारत ते स्वच्छता दे विच ए आलम है ते फिर तो साडा रब ही राखा है वैसे तो साडा रब ही राखा है इन्होंने तो साडी कोई सुनवाई करनी नहीं ते ना ही की है की सोचता पे ठीक है नहीं क्या सोच रहे हो सोचना यही है तो बढ़िया यहाँ है। अच्छा बढ़िया लग रहा है पानी? नहीं बढ़िया नहीं लग रहा अच्छा। गंदगी बहुत है बठिंडे के अंदर मैंने सोचा रहा कि अच्छा शहर होगा तो गंदगी बहुत है यहाँ। कहाँ से हो? यूपी से। यूपी से अच्छा इस नाम सुन के आए थे कि यार बठिंडा का तो पूरे वर्ल्ड में नाम है। हाँ नाम सुन के आया कि यहाँ बठिंडा बहुत अच्छा शहर है। यूपी वापस जाने का दिल करता है? करता तो है अकेले गंदगी इतनी है ये हाल है जी तुम ये देख लो भी साढ़े बठिंडे का वैसे किताबों च बड़ा नाम है जी असी हर मसले च कहने भी बठिंडा बठिंडा तो आ बठिंडे का हाल वेख लो दूर तक जितों तक निगाह मारोंगे हुण वह बेचारे वह नौजवान मुंडा है ना वह माँ प्यो ने एक्टिवा लैके दी है तो उन्हें बेचारे ने बड़ा टॉर शोर के नाल नवे कपड़े पा के जाना तो यह जे गंदे पानी चो जदों एक्टिवा क्ढनी है तो कपड़े गंदे हो जाने फिर उन्हें बेचारे ने एक्टिवा साफ करना कोई साड़ियाँ धीं भैं जिन्होंने बेचारियों नहीं चलानिया आदि एक्टिवा हूँ तुम आख लो देखता पे उन्होंने बेचारिया ने अच्छा बच्चिया जड़िया इतने किधर आओ तुम थोड़ा जा बच्चिया डिगदिया हो जिन्होंने नहीं एक्टिवा चलानिया मैं कहना जी बहुत बुरा हाल है तुम वीर जी जो छुट्टी का टाइम हों ना तो तुम देखो डेली बच्चे डेली एक्टिवा दो तीन डेली एक्टिवा डिगदियाँ क्योंकि एक्चुअली उन्होंने आइडिया नहीं हों आप हिसाब से आ रही पर इतने खड्डे इन्ने जी भी डेली कोई कद बच्चा डिग पाया कद बच्ची डिग पी कद किसी लत्त टुट गई किसी बांह टुट गई इन्ना हाल बुरा है। मैं ये बारे भी मैनशन किया मैं फोटो खिच खिच के भी सेंड कितिया पर अपने जिहड़े एम सी भी है बहुत बुरा हाल आता ये तो कहते भी असं एक ऐप तैयार किया जी तुम फोटो पाओ चक के लै जाएंगे ये करा वो करा बड़ी बड़ी गल्ला वीर जी जी इन्होंने ऐप तैयार की है ना ये कहें जी तुम ऐप के मैसेज पाओ असं बहुत जल्दी फास्ट रिजल्ट लें पर मैं घट्टो घट भी पता नहीं 10-15 वारी पा चुके हैं पर रिप्लाई कोई नहीं है की करते उतो पिछले सीवरेज ठीक कर देंगे है पानी बंद हो जाता जी अगले दिन फिर उही हाल फिर उन्होंने कहें जी वो कहें उपर कंप्लेट पाओ परमानेंट इलाज कोई परमानेंट कोई इलाज नहीं है वीर जी तुहाडे सामने देखो सारा कुछ दिखाई दे रहा है यह गंद का दरिया है जी तो बठिंडे दे विच बहुत जगह तो मैं तुहानू दिखा चुका कोई वक्री चीज़ नहीं मैं अज दिखा रहा भी बठिंडे दे विच तुहानू मैं कोई वक्री चीज़ दिखा रहा पर मैं तुहानू यह दसना जरूर चाहना भी ये जिहड़े वादे किए इन्होंने वादे करते ने वो सब खोखले ने हुण सानू यह दस दिओ भी बठिंडे च असीं कित्थे यज्ञ कराईए किहड़ा कोई मुहूर्त निकलना है वो दिन कदों आना है वो जिहड़ा कह रहे सी भी एसी साहब जिहड़ा वो कहिंदे भी मैनू बार बार तंग ना करो तो जे उन्हां दी वाइफ बीमार है वाहिगुरू करे वो बहुत जल्दी ठीक हो जाण उन्ने दिन छुट्टी लै लो कादे वास्ते फिर आपां तनखाह भी लई जाणी है फिर आपां काम भी नहीं लोगों के करने तो बाई जी सगों मैं तो कहना वधिया गल है छुट्टी लो तो उन्हां दी देखभाल करो अपनी ड्यूटी किसी होर नूं दे दिओ उन्ने दिन वो कर लैणगे क्योंकि इत्थे भी लोगों दीआं पता नहीं किन्नियां दीआं जनानियां डिगदियां होणगियां किन्नियां दीआं बच्चियां डिगदियां होणगियां ते किन्नियां नूं ये बीमारियां जिहड़ियां किन्नियां दीआं जनानियां नूं ये लगणियां इस करके साडा की काम है साडा काम यही है कि असीं
जो साडे शहर च हो रहा वो दिखाना। असीं तुहानूं भी दिखाया आ हाल, तुसीं वेख लो जदों तुहानूं लग्या जदों तुहाडे कोल टाइम होवे अफसरां दे कोल उदों भरा इहदे ते निगाह मार लियो भी यार असीं अज साडे कोल टाइम हैगा ते अज असीं निगाह मार लैंदे आ, क्योंकि ये दुकानदार तां वेहले ने, इहनां नूं होर तां कोई कम है नहीं, ये तो सिर्फ एप्लीकेशनां पाते ही ने, यह फोटो खिच के पाते है या कोई इतने बच्चा डिग जाता उन्होंने चुकन ते ने, काम तो तुसी कर दे। सो कोशिश यही कि असी दिखा दिए साडे शहर च की हो रहा, साडा निज़ाम की कर रहा, साडा प्रशासन की कर रहा, ये कर रहा। डफली फड़ी है बजा रहे हैं, शायद फर्क पैदा होंगे हौली हौली। ये दिखाया जी इस उम्मीद के नाल कि शायद ठीक हो जाए। कैमरामैन शिव दे नाल मैनू शमिंदर सिंह विक्की नूं दिओ इजाजत, सत श्री अकाल।